ਨੰਬਰ ਤਾਂ ਟੁੱਟ ਲ ਦੇ ਮੈਂ ਤੁਮਾਰ ਪਰ ਜਾ ਕੋ ਟੂ ਹੈਲਵੇ ਹਾਂਜੀ ਫਿਰ ਕਿਦਾਂ ਸਾਰੇ ਸਵਾਗਤ ਕਰਦੇ ਆ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਨਵੀਂ ਤਰ੍ਹਾਂ ਦਾ ਜਿਹੜਾ ਸਟੇਟਸ ਐਡੀਟਿੰਗ ਲੈ ਕੇ ਆਏ ਹਾਂ ਜੇਕਰ ਤੁਸੀਂ ਇਦਾਂ ਦੀ ਸਟੇਟਸ ਐਡੀਟਿੰਗ ਕਰਨੀ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਕਈ ਭਰਾ ਜਿਹੜਾ ਆਪਣਾ ਵੀਡੀਓ ਦੇਖਦੇ ਆ ਜਰੂਰ ਪਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹ ਪਲੀਜ਼ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਲਾਈਕ ਔਰ ਸ਼ੇਅਰ ਥੋਕ ਦਿਜੀ ਮਾ ਕਾਲ ਕਰਕੇ ਦਬਾ ਕੇ ਲਾਈਕ ਔਰ ਸ਼ੇਅਰ ਥੋਪ ਦਿਜੀਏ ਸਭ ਤੋਂ ਪਹਿਲਾਂ ਆਪਾਂ ਕੈਨਵਾਸ ਓਪਨ ਕਰ ਲੈਣਾ ਹੈਗਾ ਆਪਣਾ ਕੈਨਵਾਸ ਓਪਨ ਕਰਨ ਤੋਂ ਬਾਅਦ ਆਪਾਂ ਕ੍ਰੀਏਟ ਨਿਊ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਆਪਾਂ ਜਿਹੜਾ 3x4 ਵਾਲਾ ਜਿਹੜਾ ਆਪਾਂ ਸਾਈਜ਼ ਸਿਲੈਕਟ ਕਰ ਲੈਣਾਗਾ ਸਾਈਜ਼ ਸਿਲੈਕਟ ਕਰਨ ਤੋਂ ਬਾਅਦ ਆਪਾਂ ਇੱਥੇ ਫੋਟੋਆਂ ਜਿਹੜੀਆਂ ਸਿਲੈਕਟ ਕਰ ਲੈਣੀਆਂ ਗਈਆਂ ਤਿੰਨ ਚਾਰ ਫੋਟੋਆਂ ਆਪਣੀਆਂ ਪੇਥੋਂ ਜਿਹੜੀਆਂ ਸਿਲੈਕਟ ਕਰ ਲੈਣੇ ਇਦਾਂ ਇਦਾਂ ਆਪਾਂ ਜਿਹੜੀਆਂ ਸਿਲੈਕਟ ਕਰਦੇ ਜਾਣਾ ਤੇ ਨੀਚੇ ਜਿਹੜੀ ਲੇਅਰ ਦਾ ਵੀ ਧਿਆਨ ਰੱਖਣਾ ਉਹ ਤੁਸੀਂ ਰੈੱਡ ਸਕਰੀਨ ਵਾਲੇ ਸਟੇਟਸ ਦੇ ਅਨੁਸਾਰ ਜਿਹੜੀ ਰੱਖਣੀਆਂ ਗਈਆਂ ਉਹ ਤੁਸੀਂ ਜਿਹੜਾ ਵੱਧ ਘੱਟ ਹੋਈ ਉਹ ਤੁਸੀਂ ਸੈੱਟ ਕਰ ਲੈਣੀ ਆਪਣੇ ਆਪ ਉਸ ਤੋਂ ਬਾਅਦ ਜਿਹੜਾ ਫੋਟ ਦੀ ਲੇਅਰ ਆ ਗਈ ਪਹਿਲੀ ਦੀ ਉਹਨੂੰ ਆਪਾਂ ਜਿਹੜਾ 3 ਸੈਕਿੰਡ ਦੀ ਕਰਨੀ ਆ ਵੱਧ ਦੀ ਨਹੀਂ ਕਰਨੀ ਇਸ ਦੇ ਅਨੁਸਾਰੀ ਜਿਹੜਾ ਆਪਣਾ ਅਫੈਕਟ ਲਾਵਾਂਗੇ ਆਪਾਂ 3 ਦੀ ਕਰਨ ਤੋਂ ਬਾਅਦ ਇਸ ਤੋਂ ਬਾਅਦ ਕੈਂਚੀਅਲ ਆਪਸ਼ਨ ਤੇ ਕਲਿੱਕ ਕਰਕੇ ਦੂਸਰਾ ਆਪਸ਼ਨ ਜਿਹੜਾ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਆਪਾਂ ਦੂਸਰੀ ਫੋਟ ਦੀ ਲੇਅਰ ਹੈ ਜਿਹੜੀ ਉਸ ਨੂੰ ਆਪਾਂ 6 ਤੇ ਆ ਕੇ ਤਾਂ ਜਿਹੜੀ ਕ੍ਰੋਪ ਕਰ ਲੈਣੀ ਆ ਇਸ ਤੋਂ ਬਾਅਦ ਇਦਾਂ ਆਪਾਂ ਸਾਰੀਆਂ ਫੋਟੋਆਂ ਦੀ ਲੇਅਰ ਹੈ ਜਿਹੜੀ 3 ਸੈਕਿੰਡ ਤੋਂ ਵੱਧ ਨਹੀਂ ਕਰਨੀ ਉਹ ਤੁਸੀਂ ਸੈੱਟ ਕਰ ਦੇਣੀ ਹੈਗੀ ਜਿਵੇਂ ਕਿ ਆਪਾਂ ਸਾਰੀਆਂ ਫੋਟੋਆਂ ਵਿੱਚ ਲੇਅਰ ਹੈ ਜਿਹੜੀ ਇਦਾਂ ਸੈੱਟ ਕਰ ਲਈ ਜਾਵਾਂਗੇ ਲੇਅਰ ਜਿਹੜੀ ਸੈੱਟ ਕਰਨ ਤੋਂ ਬਾਅਦ ਆਪਾਂ ਫੋਟੋਆਂ ਦੀ ਪੋਜੀਸ਼ਨਾਂ ਜਿਹੜੀ ਜਿੰਨਾਂ ਦੀ ਸੈੱਟ ਨਹੀਂ ਆ ਉਹਦਾਂ ਨੂੰ ਉਹਨਾਂ ਨੂੰ ਜਿਹੜਾ ਇਦਾਂ ਆਪਾਂ ਸੈੱਟ ਕਰ ਦੇਵਾਂਗੇ ਫੋਟੋਆਂ ਦੀ ਸਾਰੀਆਂ ਜਿਹੜੀ ਪੋਜੀਸ਼ਨ ਆਪਾਂ ਸੈੱਟ ਕਰ ਦੇਣੀ ਹੈ ਕਿਸ ਤਰ੍ਹਾਂ ਜਿਹੜੀ ਦੀ ਸੈੱਟ ਨਹੀਂ ਆ ਬਾਕੀ ਜਿਹੜੀ ਆਪਣੀ ਸੈਟੀ ਨੇ ਇਸ ਤੋਂ ਬਾਅਦ ਆਪਾਂ ਅਲਾਈਨਮੈਂਟ ਤੇ ਜਾ ਕੇ ਆਪਣਾ ਜਿਹੜਾ ਅਫੈਕਟ ਆ ਉਹ ਆਪਾਂ ਜਿਹੜਾ ਸਿਲੈਕਟ ਕਰ ਲੈਨੇ ਇੱਥੋਂ ਫੈਕਟਰ ਸਿਲੈਕਟ ਕਰਨ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਸਪਲੈਂਟਰ ਸਕਰੀਨ ਤੇ ਜਾ ਕੇ ਇਸ ਨੂੰ ਆਪਾਂ ਜਿਹੜਾ ਫੁੱਲ ਸਕਰੀਨ ਕਰ ਦੇਣਾਗਾ ਫੁੱਲ ਸਕਰੀਨ ਕਰਨ ਤੋਂ ਬਾਅਦ ਆਪਾਂ ਕਰੋਮਾ ਕੀਤੇ ਜਾ ਕੇ ਇਸ ਨੂੰ ਆਪਾਂ ਜਿਹੜਾ ਨੇਵਲ ਕਰ ਦੇਣਾ ਨੇਵਲ ਕਰਨ ਤੋਂ ਬਾਅਦ ਇਸ ਤੋਂ ਬਾਅਦ ਦੂਸਰੀ ਲਾਈਨ ਨੂੰ ਜਿਹੜਾ ਤੁਸੀਂ ਇਦਾਂ ਜਿਹੜਾ ਵਧਾ ਦੇਣਾਗਾ ਇਸ ਤਰ੍ਹਾਂ ਜਿਹੜਾ ਸੈੱਟ ਹੋ ਜਾਵੇਗਾ ਇਸ ਤੋਂ ਬਾਅਦ ਜਿਹੜਾ ਦਾ ਸਮਾਂ ਘਟਾ ਇਸ ਲਈ ਆਪਾਂ ਇਹਦਾ ਇੱਕ ਡੁਪਲੀਕੇਟ ਜਿਹੜਾ ਸੀ ਡਾਟ ਤੇ ਜਾ ਕੇ ਤਿਆਰ ਕਰ ਲੈਣਾ ਜਿਹੜਾ ਆਪਾਂ ਡੁਪਲੀਕੇਟ ਤਿਆਰ ਕੀਤਾ ਉਸ ਨੂੰ ਇਦਾਂ ਲੇਅਰ ਨਾਲ ਲੇਅਰ ਜੋੜਦੇ ਜਾਵਾਂਗੇ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਫੇਰ ਇਹਦਾ ਡੁਪਲੀਕੇਟ ਤਿਆਰ ਕਰ ਲੈਣਾ ਇਦਾਂ ਆਪਾਂ ਡੁਪਲੀਕੇਟ ਤਿਆਰ ਕਰਦੇ ਜਾਵਾਂਗੇ ਤੇ ਲੇਅਰ ਨਾਲ ਲੇਅਰ ਜੋੜਦੇ ਜਾਣਾਗਾ ਜਿਹੜੀ ਦੀ ਲੇਅਰ ਵੱਧਦੀ ਆ ਉਹਨੂੰ ਆਪਾਂ ਜਿਹੜਾ ਕ੍ਰੋਪ ਕਰ ਦੇਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਫੋਟੋ ਦੀ ਲੇਅਰ ਤੇ ਪਹਿਲੀ ਤੇ ਕਲਿੱਕ ਕਰ ਦੇਵਾਂਗੇ ਉਸ ਤੋਂ ਬਾਅਦ ਆ ਜਿਹੜਾ ਕਲਿੱਪ ਵਾਲਾ ਆਪਸ਼ਨ ਆ ਗ੍ਰਾਫਿਕਲ ਹੈ ਉਸ ਤੇ ਕਲਿੱਕ ਕਰਕੇ ਇੱਥੋਂ ਤੁਸੀਂ ਜਿਹੜਾ ਕੈਨ ਮਾਸਟਰ ਸਟੋਰ ਤੇ ਚਲੇ ਜਾਵੋ ਚਲੇ ਜਾਣਾਗਾ ਤੇ ਤੁਸੀਂ ਐਸਟੀਮੇਸ਼ਨ ਵਾਲਾ ਜਿਹੜਾ ਫੈਕਟਰਸ ਤੁਸੀਂ ਡਾਊਨਲੋਡ ਕਰ ਲੈਣਾਗਾ ਇਹ ਆਪਣਾ ਫੈਕਟ ਆਗਾ ਇਸ ਤੋਂ ਬਾਅਦ ਆਪਾਂ ਜਿਹੜਾ ਇਸ ਇਦਾਂ ਆਪਾਂ ਪਹਿਲਾ ਯੂਜ਼ ਕਰਾਂਗੇ ਇੱਥੇ ਇਸ ਤੋਂ ਬਾਅਦ ਦੂਸਰੀ ਫੋਟ ਦੀ ਲੇਅਰ ਕਲਿੱਕ ਕਰਕੇ ਕਲਿੱਪ ਵਾਲੇ ਤੇ ਜਾ ਕੇ ਆਪਾਂ ਜਿਹੜਾ ਅਫੈਕਟ ਦਾ ਦੂਸਰਾ ਜਿਹੜਾ ਰੂਪ ਜਿਹੜਾ ਸਿਲੈਕਟ ਕਰਾਂਗੇ ਇਦਾਂ ਆਪਾਂ ਜਿਹੜਾ ਸਿਲੈਕਟ ਕਰਦੇ ਜਾਵਾਂਗੇ ਸਾਰੀਆਂ ਫੋਟੋਆਂ ਦੇ ਜਿਹੜਾ ਇਦਾਂ ਸੈੱਟ ਕਰਦੇ ਜਾਵਾਂਗੇ ਸਾਰੀਆਂ ਫੋਟੋਆਂ ਤੇ ਆਪਾਂ ਇਦਾਂ ਸੈੱਟ ਕਰ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਲਾਈਨਮੈਂਟ ਤੇ ਜਾ ਕੇ ਜਿਹੜਾ ਆਪਣਾ ਰੈੱਡ ਸਕਰੀਨ ਵਾਲਾ ਸਟੇਟਸ ਆ ਉਹ ਆਪਾਂ ਜਿਹੜਾ ਸਿਲੈਕਟ ਕਰ ਲੈਨੇ ਆ ਇੱਥੋਂ ਰੇਟ ਸਿਕਰੀ ਜਿਹੜੀ ਸਿਲੈਕਟ ਕਰਨ ਤੋਂ ਬਾਅਦ ਆਪਾਂ ਕਰੋਮ ਕੀਤੇ ਜਾ ਕੇ ਇਸ ਨੂੰ ਆਪਾਂ ਜਿਹੜਾ ਏਨੇਬਲ ਕਰ ਦੇਣਾਗਾ ਏਨੇਬਲ ਕਰਨ ਤੋਂ ਬਾਅਦ ਆਪਾਂ ਇਦਾਂ ਇਹਨੂੰ نیچے ਸੈੱਟ ਕਰ ਦੇਵਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਸਟੇਟਸ ਬਣ ਕੇ ਤਿਆਰ ਹੋ ਚੁੱਕਾ ਹੈਗਾ ਇਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਜਿਹੜਾ ਸਟੇਟਸ ਤਿਆਰ ਕਰ ਸਕਦੇ ਹੋ ਜੇਕਰ ਜੀ ਦੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਆਪਣਾ ਫਿਕਰ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖ ਲਈ ਧੰਨਵਾਦ ਤੇ ਸ਼ੁਕਰੀਆ